ਨਸ਼ੇ ਸਮੇਤ ਥਾਰ ਸਵਾਰ ਲੜਕੀ ਗ੍ਰਿਫਤਾਰ। ਕਤਲ ਕੇਸ ਚ ਕੁਝ ਦਿਨ ਪਹਿਲਾਂ ਹੀ ਆਈ ਸੀ ਜ਼ਮਾਨਤ ਤੇ। ਨਵੀਂ ਥਾਰ ਚ ਕਰਦੀ ਸੀ ਨਸ਼ਾ ਸਪਲਾਈ। ਤਿੰਨ ਦਿਨ ਪਹਿਲਾਂ ਹੀ ਲਈ ਸੀ ਨਵੀਂ ਕਾਲੀ ਥਾਰ। ਜਿਹਾ ਦੱਸਦੀਏ ਕਿ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਲੜਕੀ ਨੂੰ ਨਸ਼ਾ ਸਪਲਾਈ ਕਰਦੇ ਹੋਏ ਸ਼ਰੇਆਮ ਪੁਲਿਸ ਨੇ ਕਾਬੂ ਕੀਤਾ ਤੇ ਕਿਹਾ ਜਾ ਰਿਹਾ ਹੈ ਕਿ ਨਵੀਂ ਕਾਲੀ ਥਾਰ ਦੇ ਵਿੱਚ ਇਹ ਲੜਕੀ ਨਸ਼ਾ ਸਪਲਾਈ ਕਰਦੀ ਸੀ। ਹਾਲਾਂਕਿ ਨਵੀਂ ਥਾਰ ਦਾ ਹਾਲੇ ਨੰਬਰ ਵੀ ਨਹੀਂ ਆਇਆ, ਜੋ ਕਿ 3 ਦਿਨ ਪਹਿਲਾਂ ਹੀ ਕਿਹਾ ਜਾ ਰਿਹਾ ਕਿ ਇਸ ਦੇ ਵੱਲੋਂ ਲਈ ਗਈ ਸੀ। ਪਰ ਹੁਣ ਪੁਲਿਸ ਨੇ 20 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਸ ਲੜਕੀ ਨੂੰ ਕਾਬੂ ਕਰ ਲਿਆ। ਕਿਹਾ ਜਾ ਰਿਹਾ ਕਿ ਕਤਲ ਦੇ ਕੇਸ 'ਚ ਵੀ ਕੁਝ ਦਿਨ ਪਹਿਲਾਂ ਹੀ ਇਹ ਜ਼ਮਾਨਤ ਦੇ ਉੱਤੇ ਬਾਹਰ ਆਈ ਸੀ ਤੇ ਹੁਣ ਉਸ ਦੇ ਵੱਲੋਂ ਨਸ਼ੀਲਾ ਪਦਾਰਥ ਜੋ ਹੈ ਉਹ ਸਪਲਾਈ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੇ ਉਸ ਨੂੰ ਹੁਣ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਜਦੋਂ ਨਾਕੇਬੰਦੀ ਕੀਤੀ ਤਾਂ ਇੱਕ ਦੂਰ ਤੋਂ ਥਾਰ ਗੱਡੀ ਆਉਂਦੀ ਦਿਖੀ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਦੇ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਹਾ ਜਾ ਰਿਹਾ ਕਿ ਖੇਤਾਂ ਦੇ ਵਿੱਚ ਉਸਦੀ ਥਾਰ ਦਾ ਟਾਇਰ ਫਸ ਜਾਂਦਾ, ਜਿਸ ਤੋਂ ਬਾਅਦ ਗੱਡੀ ਬੰਦ ਹੋ ਜਾਂਦੀ ਹੈ। ਹਾਲਾਂਕਿ ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚ ਕੇ ਗੱਡੀ ਦੀ ਤਲਾਸ਼ੀ ਲੈਂਦੀ ਹੈ ਤਾਂ ਉਸਦੇ ਵਿੱਚੋਂ ਦੀ 20 ਗ੍ਰਾਮ ਨਸ਼ੀਲਾ ਪਦਾਰਥ ਮਿਲਦਾ ਤੇ ਨਾਲ ਹੀ 32,000 ਰੁਪਏ ਦੀ ਕਿਹਾ ਜਾ ਰਿਹਾ ਕਿ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਤੇ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਲੜਕੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਕਤਲ ਕੇਸ ਦੇ ਵਿੱਚੋਂ ਦੀ ਹਾਲੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਤੇ ਆਈ ਸੀ। ਜ਼ਮਾਨਤ ਤੇ ਆਉਣ ਤੋਂ ਬਾਅਦ ਉਸਦੇ ਵੱਲੋਂ ਇਹ ਨਸ਼ੇ ਦਾ ਹੁਣ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ ਤੇ ਉਸਦੇ ਵੱਲੋਂ ਇੱਕ ਨਵੀਂ ਕਾਲੀ ਥਾਰ ਲਈ ਗਈ ਸੀ, ਜਿਸ ਦੇ ਵਿੱਚ ਉਹ ਨਸ਼ਾ ਸਪਲਾਈ ਕਰਨ ਦੇ ਲਈ ਜਾ ਰਹੀ ਸੀ। ਪਰ ਇਸ ਦੌਰਾਨ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਲੜਕੀ ਵੀ ਦਿਖਾਈ ਦੇ ਰਹੀ ਹੈ ਤੇ ਨਾਲ ਹੀ ਨਵੀਂ ਥਾਰ ਵੀ। ਹਾਲਾਂਕਿ ਨਵੀਂ ਥਾਰ ਦਾ ਹਲੇ ਨੰਬਰ ਵੀ ਨਹੀਂ ਆਇਆ। ਦੱਸਦੀਏ ਕਿ ਪਾਇਲ ਪੁਲਿਸ ਦੇ ਹੱਥ ਇਹ ਵੱਡੀ ਕਾਮਯਾਬੀ ਲੱਗੀ ਹੈ। SSP ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ, ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ, ਜਿਸਦਾ ਨਾਮ ਹੈ ਸਰਬਜੀਤ ਕੌਰ, ਡਾਟਰ ਆਫ ਕੁਲਵੰਤ ਸਿੰਘ, ਰੈਜੀਡੈਂਟ ਆਫ ਧਮੋਟ ਕਲਾਂ, ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32,500 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ ਜੀ। ਹਾਂਜੀ, ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ, ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬਰਾਮਦ ਹੋਇਆ ਹੈ ਜੀ। ਉਹ ਅਸੀਂ ਹਜੇ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਵੀ ਆਰ ਇਨਵੈਸਟੀਗੇਟਿੰਗ। ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਅਤੇ ਉਹਨੇ ਬੇਲ 'ਤੇ ਬਾਹਰ ਆਈ ਸੀ ਜੀ। ਹਾਂਜੀ, ਅਸੀਂ ਜੱਜ ਦੇ ਪੇਸ਼ ਕੀਤਾ ਅਤੇ ਅਸੀਂ ਜੱਜ ਸਾਹਿਬ ਨੂੰ ਹੋਰ ਇਹਦੀ ਰਿਮਾਂਡ ਲਈ ਰਿਕੁਐਸਟ ਕਰ ਰਹੇ ਹਾਂ।